ਹਕੀਮ ਨਿਆਜ਼ ਮਲਕ ਅੰਬਾਲਵੀ ਦੀ ਕਹਾਣੀ ਹੈ ਮੈਲੀਆਂ ਰਾਵਾਂ ਨਾ ਹੀਦ ਜਵਾਨ ਹੋ ਚੁੱਕੀ ਸੀ ਉਹਦੇ ਮਾਪਿਆਂ ਨੂੰ ਉਹਦੇ ਲਈ ਕਿਸੇ ਚੰਗੇ ਜੇ ਘਰਾਣੇ ਦੇ ਚੰਗੇ ਜੇ ਪੁੱਤਰ ਦੀ ਤਲਾਸ਼ ਸੀ ਇੰਜ ਤੇ ਉਹਨਾਂ ਦੇ ਆਪਣੇ ਖਾਨਦਾਨ 'ਚ ਇੱਕ ਮੁੰਡਾ ਮੌਜੂਦ ਸੀ ਜਿਹਦਾ ਨਾਂ ਸਰਵਰ ਸੀ ਪਰ ਸਰਵਰ ਦੇ ਮਾਪਿਓ ਅਜੇ ਆਪਣੇ ਪੁੱਤਰ ਦੇ ਰੋਜ਼ਗਾਰ ਵੱਲੋਂ ਫਿਕਰਮੰਦ ਸਨ ਤੇ ਇਸ ਲਈ ਇਸ ਪਾਸੇ ਧਿਆਨ ਨਹੀਂ ਸੰਦੇ ਰਹੇ ਨਾਹੀਦ ਸਰਵਰ ਨੂੰ ਜਾਣਦੀ ਸੀ ਤੇ ਉਹਦੇ ਦਿਲ 'ਚ ਐਯੂ ਖਿਆਲ ਲੰਗੜਾਈਆਂ ਲੈਂਦਾ ਸੀ ਕਿ ਜੇ ਮੇਰੇ ਮਾਂ ਪਿਓ ਮੈਨੂੰ ਸਰਵਰ ਦੇ ਨਾਲ ਬੰਧਨ 'ਚ ਬੰਨ੍ਹ ਦੇਣ ਤਾਂ ਮੇਰੇ ਦਿਲ ਦੀਆਂ ਖੁਸ਼ੀਆਂ ਤੇ ਸਦਰਾ ਪੂਰੀਆਂ ਹੋ ਜਾਣ ਸਰਵਰ ਨਾਲ ਨਾਹੀਦ ਦਾ ਕਈ ਦਫਾ ਮਨਾ ਸਾਹਮਣਾ ਵੀ ਹੋਇਆ ਤੇ ਦੋਵੇਂ ਇੱਕ ਦੂਜੇ ਨੂੰ ਮੁਸਕਰਾ ਕੇ ਵੇਖਦੇਆਂ ਲੰਘ ਜਾਂਦੇ ਇਹਨਾਂ ਦੇ ਮੇਲ ਮਲਾਪ ਤੋਂ ਬਾਅਦ ਸਰਵਰ ਵੀ ਨਾਹੀਦ ਵੱਲੇ ਝੁਕਦਾ ਗਿਆ ਤੇ ਉਹਦੇ ਦਿਲ 'ਚ ਉਹਦੀ ਤਾਂਗ ਵੱਧ ਹੀ ਰਹੀ ਸਰਵਰ ਰੋਜ਼ਗਾਰ ਦੀ ਤਲਾਸ਼ ਥਾਂ-ਥਾਂ ਤੇ ੱੱਕੇ ਖਾਂਦਾ ਫਿਰਦਾ ਰਿਹਾ ਪਰ ਸ਼ਾਇਦ ਉਹਦੀ ਕਿਸਮਤ ਦਾ ਸਿਤਾਰਾ ਮੱਦਮ ਬਿਆ ਹੋਇਆ ਸੀ ਲੱਭਦਿਆਂ ਲੱਭਦਿਆਂ ਨੂੰ ਇੱਕ ਹਿੰਦੂ ਸੇਠ ਦੀ ਦੁਕਾਨ ਤੇ ਨੌਕਰੀ ਲੱਗ ਗਈ ਗੁਜ਼ਾਰਾ ਚੰਗਾ ਹੋਵਣ ਲੱਗ ਪਿਆ ਤੇ ਸਰਵਰ ਨੇ ਇੱਕ ਦਿਨ ਆਪਣੀ ਮਾਂ ਨਾਲ ਗੱਲ ਕੀਤੀ ਕਿ ਉਹ ਜਾ ਕੇ ਨਾਹਿਦ ਦਾ ਰਿਸ਼ਤਾ ਪੁੱਛੇ ਉਹਦੀ ਮਾਂ ਨੇ ਸਰਵਰ ਦੇ ਪਿਓ ਨਾਲ ਸਲਾਹ ਕੀਤੀ ਤੇ ਆਖਰ ਇੱਕ ਦਿਨ ਸਰਵਰ ਦੇ ਮਾਪਿਓ ਨਾਹਿਦ ਦੇ ਘਰ ਅਪੜ ਗਏ ਨਾਹਿਦ ਦੇ ਮਾਪਿਆਂ ਨੂੰ ਬੱਚੀ ਦੇ ਰਿਸ਼ਤੇ ਸਵਾਲ ਕੀਤਾ ਤੇ ਉਹ ਰਾਜ਼ੀ ਹੋ ਗਏ ਇਹ ਉਹ ਜ਼ਮਾਨਾ ਸੀ ਜਦੋਂ ਮੁਤਾਲਬਾ ਪਾਕਿਸਤਾਨ ਜ਼ੋਰਾਂ ਤੇ ਚੱਲ ਰਿਹਾ ਸੀ ਕੁਝ ਛੇੜਮਗਰ ਮੁਸਲਮਾਨਾਂ ਦੀ ਪਾਕਿਸਤਾਨ ਬਣਾਉਣ ਦੀ ਉਹ ਮੰਗ ਪੂਰੀ ਹੋ ਗਈ ਮੱਸ਼ਰ ਕੀ ਪੰਜਾਬ ਤੋਂ ਮੁਸਲਮਾਨਾਂ ਨੂੰ ਹਿਜਰਤ ਕਰਕੇ ਪਾਕਿਸਤਾਨ ਆਉਣਾ ਪਿਆ ਮਾਰ ਢਾੜ ਕਤਲੋਗਾਰਤ ਉਧਾਲੇ ਤੇ ਖੋ ਖਿੰਜ ਪੂਰੇ ਮਲ ਮੁਲਕ ਵਿੱਚ ਪੂਰੇ ਜ਼ੋਰਾਂ ਤੇ ਸੀ ਆਪੋ ਆਪਣੀ ਜਾਨ ਲੈ ਕੇ ਹਰ ਮੁਸਲਮਾਨ ਕਿਵੇਂ ਨਾ ਕਿਵੇਂ ਚੋਰੀ ਜਿਵੇਂ ਨਵੇਂ ਮੁਲਕ ਪਾਕਿਸਤਾਨ ਦੀ ਧਰਤੀ ਵੱਲ દોੜਿਆ ਜਾ ਰਿਹਾ ਸੀ ਇਸ ਔਖੇ ਵੇਲੇ ਸੱਜਣ ਮਿੱਤਰ ਰਿਸ਼ਤੇਦਾਰ ਤੇ ਅੰਗ ਸਾਗ ਸਭ ਵਿਛੜ ਗਏ ਸਨ ਲੋਕ ਵੱਡਾ ਟੁੱਕੀ ਦੇ ਆਲਮ ਵਿੱਚ ਆਪਣੇ ਬਚੇ ਹੋਏ ਜੀਆਂ ਨੂੰ ਲੈ ਕੇ ਸਰਹੱਦ ਤੋਂ ਇਧਰੋਂ ਉਧਰ ਪੁੱਜਣ ਲਈ ਕਾਹਲੇ ਸਨ ਨਾਹੀਦ ਦੇ ਮਾਪਿਓ ਪੈਦਲ ਕਾਫਲੇ ਨਾਲ ਰਲ ਕੇ ਪਾਕਿਸਤਾਨ ਚ ਦਾਖਲ ਹੋਏ ਤੇ ਲਾਹੌਰ ਦੇ ਨੇੜੇ ਇੱਕ ਕਸਬੇ ਚਾਬਾਦ ਹੋ ਗਏ ਉਧਰ ਸਰਵਰ ਤੇ ਉਹਨਾਂ ਦਾ ਖਾਨਦਾਨ ਰੇਲ ਦੇ ਜ਼ਰੀਏ ਪਾਕਿਸਤਾਨ ਆ ਪੜੇ ਤੇ 라ਵਲ ਪਿੰਡੀ ਪਹੁੰਚ ਗਏ ਉਥੇ ਉਹਨਾਂ ਨੂੰ ਸਿਰ ਲੁਕਾਉਣ ਲਈ ਮਕਾਨ ਮਿਲ ਗਿਆ ਤੇ ਰਹਿਣ ਸਹਿਣ ਲੱਗ ਪਏ ਕੁਝ ਵੇਲਾ ਗੁਜ਼ਰਿਆ ਤੇ ਗੁਆਚੇ ਰਿਸ਼ਤੇਦਾਰਾਂ ਦੀ ਤਲਾਸ਼ ਸ਼ੁਰੂ ਹੋਈ ਆਖਰ ਪਤਾ ਲੱਗਦਿਆਂ ਲੱਗਦਿਆਂ 10 ਸਾਲ ਦੀ ਮੁੱਦਤ ਗੁਜ਼ਰ ਗਈ ਇੱਕ ਦਿਨ ਢੂੰਡ ਕਰਦਿਆਂ ਕਰਦਿਆਂ ਸਰਵਰ ਆਖਰ ਨਹੀਦ ਦੇ ਘਰ ਪੜੀ ਗਿਆ ਨਹੀਦ ਦੇ ਮਾਪਿਆਂ ਨੇ ਡਾਢਾ ਪਿਆਰ ਦਿੱਤਾ ਤੇ ਦੋ ਦਿਨ ਕੋਲ ਵੀ ਰੱਖਿਆ ਉਹਦੀ ਆਉ ਭਗਤ ਕੀਤੀ ਸੀ ਕਿ ਆ ਵੀ ਆਪਣੇ ਅੱਬੇ ਨੂੰ ਸਲਾਮ ਪੜਾਵੇ ਤੇ ਸਾਡੇ ਕੋਲ ਕੱਲੇ ਇਹਨਾਂ 2 ਦਿਨਾਂ ਚ ਨਹੀਂ ਤੇ ਸਰਵਰ ਦੀਆਂ ਦੋ ਮੁਲਾਕਾਤਾਂ ਵੀ ਹੋਈਆਂ ਤੇ ਜਦੋਂ ਉਹ ਨਾ ਇੱਕ ਦੂਜੇ ਨੂੰ ਮੁਹੱਬਤ ਨਾਲ ਰੱਜ-ਰੱਜ ਕੇ ਵੇਖਿਆ ਸਰਵਰ ਨੇ ਵਾਅਦਾ ਕੀਤਾ ਕਿ ਉਹ ਜਿੰਨੀ ਜਲਦੀ ਹੋ ਸਕੇ ਨਹੀਦ ਨੂੰ ਵਿਆਹ ਕੇ ਆਪਣੇ ਘਰ ਲੈ ਜਾਏਗਾ ਥੋੜੇ ਦਿਨ ਇੰਤਜ਼ਾਰ ਦੀ ਲੋੜ ਹੈ ਸਰਵਰ ਜਦੋਂ ਘਰੋਂ ਟੁਰਿਆ ਨਹੀਦ ਛੱਤ ਤੇ ਚੜ੍ਹ ਕੇ ਜਿੱਥੋਂ ਤੱਕਰ ਨਜ਼ਰ ਆਂਦਾ ਰਿਹਾ ਤੱਕਦੀ ਰਹੀ ਫਿਰ ਅਥਰੂ gekeਦੀ ਹੋਈ ਥੱਲੇ ਆਵੇ ਇਸੇ ਦੌਰਾਨ ਸਰਵਰ ਨੂੰ ਰੋਜ਼ਗਾਰ ਦਾ ਮਸਲਾ ਪੇਸ਼ ਆਇਆ 11 ਬੇਲੀਆਂ ਦਾ ਦਾਇਰਾ ਵਸੀ ਹੋਣ ਕਰਕੇ ਇੱਕ ਦੋਸਤ ਨੇ ਉਹਨੂੰ ਜਰਮਨੀ ਜਾ ਕਿਸਮਤ ਅਜ਼ਮਾਈ ਕਰਨ ਦਾ مشورہ ਦਿੱਤਾ ਭੱਜ ਨਸ ਕਰਕੇ ਇੱਕ ਸਾਲ ਦੇ ਅੰਦਰ ਅੰਦਰ ਸਰਵਰ ਕਿਵੇਂ ਨਾ ਕਿਵੇਂ ਜਰਮਨੀ ਆ ਪੜ ਗਿਆ ਮਗਰਬ ਦੀ ਆਜ਼ਾਦ ਫਿਜ਼ਾਤ ਸਰਵਰ ਪੈਸੇ ਕਮਾਉਣ ਦੇ ਨਾਲ ਨਾਲ ਉੱਥੋਂ ਦੇ ਕਲਬਾਂ 'ਚ ਐਸ਼ੋ-ਇਸ਼ਾ ਦੀਆਂ ਘੜੀਆਂ ਵੀ گزارਣ ਲੱਗ ਪਿਆ ਜਰਮਨੀ ਵਿੱਚ ਉਹਦੀ ਮੁਲਾਕਾਤ ਕਈ ਕੁੜੀਆਂ ਨਾਲ ਹੋਈ ਜਵਾਨੀ ਦੀ ਉਮਰ ਸੀ ਆਖਰਕਾਰ ਇੱਕ ਕੁੜੀ ਉਹਨੂੰ ਹਯਾਤੀ ਦਾ ਨਾਤਾ ਜੋੜਨਾ ਹੀ ਪਿਆ ਸਰਵਰ ਨੇ ਉੱਥੇ ਸ਼ਰਾਬ ਤੇ ਸਿਗਰਟ ਵੀ ਪੀਣੇ ਸ਼ੁਰੂ ਕਰਤੇ ਜਿਨ੍ਹਾਂ ਪਰੋਂ ਉਹਦੀ ਸਿਹਤ ਬਿਲਕੁਲ ਖਰਾਬ ਰਹਿਣ ਲੱਗ ਪਈ ਕੋਈ 3 ਸਾਲ ਤੱਕ ਉਹਨੇ ਆਪਣੇ ਘਰ ਵਾਲਿਆਂ ਨਾਲ ਰਾਬਤਾ ਵੀ ਨਾ ਕੀਤਾ ਪਰ ਜਦੋਂ ਜ਼ਿਆਦਾ ਹੀ ਬਿਮਾਰ ਰਹਿਣ ਲੱਗ ਪਿਆ ਤਾਂ ਉਹਨੇ ਆਪਣੇ ਪਾਲਦਨ ਨੂੰ ਖੱਤਰਾਈ ਸਭ ਕੁਝ ਦੱਸ ਦਿੱਤਾ ਉਧਰ ਨਾਹੀਦ ਨੇ ਵੇਲਾ ਸੂਲੀ ਤੰਗੀ ਨੇ گزارਿਆ ਉਹ ਵੇਲੇ ਵੇਲੇ ਕਮਰੇ ਚ ਇਕੱਲੀ ਲੰਮੀ ਪਈ ਜਾਂ ਜੀ ਭਰ ਕੇ ਰੋਂਦੀ ਰਹਿੰਦੀ ਕਦੀ ਕਦੀ ਉਹਦੀ ਸਹੇਲੀ ਅਫਸ਼ਾ ਉਹਦੇ ਜ਼ਖਮਾਂ ਤੇ ਮਰਮ ਰੱਖਣ ਲਈ ਕੋਲ ਬੈ ਕੇ ਤਸੱਲੀयां ਦਿੰਦੀ ਉਹਦੇ ਦੁੱਖ ਦਰਦ ਚ ਸ਼ਰੀਕ ਹੋਣ ਦੀ ਕੋਸ਼ਿਸ਼ ਕਰਦੀ ਨਾਹਿਦ ਦੇ ਮਾਪਿਓ ਨੇ ਸਰਵਰ ਦੇ والدین ਨਾਲ ਰਿਸ਼ਤੇ ਦੇ ਸਿਲਸਿਲੇ ਚ ਦੋ ਤਿੰਨ ਵਾਰੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਕੋਲ ਤੇ ਆਪਣੇ ਪੁੱਤਰ ਦੀ ਖੁਦ ਕੋਈ ਖ਼ੈਰ ਖ਼ਬਰ ਨਹੀਂ ਸੀ ਆ ਰਹੀ ਉਨੇ ਤੇ ਤਿੰਨ ਬਰੇ ਤੱਕ ਕੋਈ ਖੱਤ ਵੀ ਨਹੀਂ ਸੀ ਲਿਖਿਆ ਆਖਰ ਇੱਕ ਦਿਨ ਸਰਵਰ ਦੇ ਮਾਪਿਓ ਵੱਲੋਂ ਪੁੱਤਰ ਦੇ ਤਾਜ਼ਾ ਘੱਲੇ ਹੋਏ ਖਤਰਾਂ ਹੀ ਨਾਹਿਦ ਦੇ ਘਰ ਵਾਲਿਆਂ ਨੂੰ ਪੈਗਾਮ ਮਿਲਿਆ ਕਿ ਸਰਵਰ ਨੇ ਤੇ ਵਿਆਹ ਕਰਾ ਲਿਆ ਤੇ ਹੁਣ ਉਹ ਆਪਣੀ ਬੱਚੀ ਦੇ ਰਿਸ਼ਤੇ ਦੀ ਫਿਕਰ ਕਰਨ ਨਾਹਿਦ ਦੇ ਆਪਣੇ ਕਸਬੇ 'ਚ ਇੱਕ ਮੁੰਡਾ ਅਨਵਰ ਬਿਗੜੀਆਂ ਤਿਗੜੀਆਂ ਗੱਡੀਆਂ ਦਾ ਕੰਮ ਕਰਦਾ ਸੀ ਮਾਪਿਓ ਬਚਪਨ 'ਚ ਹੀ ਮਰ ਚੁੱਕੇ ਸਨ ਇੱਕ ਮਾਮੇ ਦਾ ਥੋੜਾ ਬਹੁਤ ਸਹਾਰਾ ਲੈ ਕੇ ਪਲ ਗਿਆ ਤੇ ਗੱਭਰੂ ਹੋਣ ਤੇ ਕਿਸੇ ਵਰਕਸ਼ਾਪ ਤੇ ਦੋ ਸਾਲ ਕੰਮ ਸਿੱਖਦਾ ਰਿਹਾ ਤੇ ਹੁਣ ਉਹ ਖੁਦ ਵੱਡਾ ਕਾਰੀਗਰ ਤੇ ਇੱਕ ਵਰਕਸ਼ਾਪ ਦਾ ਮਾਲਕ ਸੀ। ਦੋ-ਚਾਰ ਸ਼ਾਗਿਰਦ ਕੰਮ ਕਰਦੇ ਸਿੱਖਦੇ ਸਨ ਤੇ ਅਨਵਰ ਆਪਣੀ ਜਵਾਨੀ ਨੂੰ ਛੋ ਰਿਹਾ ਸੀ। ਤੇ 20ਾਂ ਬਾਈਆਂ ਕੁ ਸਾਲਾਂ ਦੀ ਉਮਰ ਦਾ ਸੋਹਣਾ ਜਵਾਨ ਸੀ। ਨਾਹਿਦ ਦੇ ਪਿਓ ਨੇ ਕਿਸੇ ਦੋਸਤ ਰਾਹੀਂ ਅਨਵਰ ਨੂੰ ਅਖਵਾਇਆ ਤੇ ਉਹ ਰਿਸ਼ਤਾ ਲੈਣ ਤੇ ਰਾਜ਼ੀ ਹੋ ਗਿਆ। ਦੋਹਾਂ ਦੀ ਸ਼ਾਦੀ ਹੋ ਗਈ। ਨਾਹਿਦ ਤੇ ਅਨਵਰ ਆਪਣੇ ਛੋਟੇ ਜਿਹੇ ਮਕਾਨ 'ਚ ਚੰਗਾ guzara ਕਰਨ ਲੱਗ ਪਏ। ਆਇਸਤਾ ਆਇਸਤਾ ਅਨਵਰ ਦੇ ਕਾਰੋਬਾਰ 'ਚ ਤਰੱਕੀ ਹੁੰਦੀ ਗਈ। 3 ਸਾਲ ਦੇ ਅੰਦਰ-ਅੰਦਰ ਅਨਵਰ ਨੇ ਪਲਾਟ ਖਰੀਦ ਕੇ ਸੋਨਾ ਜਿਹਾ ਨਵਾਂ ਮਕਾਨ ਬਣਾ ਲਿਆ। ਇਸੇ ਅਰਸੇ 'ਚ ਉਹ ਦੋ ਬੱਚਿਆਂ ਦਾ ਪਿਓ ਵੀ ਬਣ ਗਿਆ। ਨਾਹਿਦ ਆਪਣੀ ਜ਼ਿੰਦਗੀ ਤੋਂ ਖੁਸ਼ ਸੀ। ਉਧਰ ਜਰਮਨੀ ਤੋਂ ਸਰਵਰ ਦੀ ਬਿਮਾਰੀ ਦੇ ਖਾਤੇ ਆਉਂਦੇ ਰਹੇ ਤੇ ਉਹਦੇ ਮਾਪਿਓ ਆਪਣੇ ਪੁੱਤਰ ਦੇ ਰੂਪ ਤੋਂ ਬੜੇ ਪਰੇਸ਼ਾਨ ਹੁੰਦੇ ਗਏ। ਸ਼ਰਾਬ ਨੋਸ਼ੀ ਤੇ ਸਿਗਰਟ ਪੀਣ ਨਾਲ ਸਰਵਰ ਦੇ ਗੁਰਦੇ ਤੇ ਫੇਫੜੇ ਨਕਾਰਾ ਹੋ ਚੁੱਕੇ ਸਨ। ਇਲਾਜ ਵਗੈਰਾ ਵੀ ਹੁੰਦਾ ਰਿਹਾ ਸੀ ਪਰ ਬਿਮਾਰੀ ਜਿੱਤ ਗਈ ਜ਼ਿੰਦਗੀ ਹਾਰ ਗਈ ਤੇ ਇੱਕ ਦਿਨ ਜਰਮਨੀ ਤੋਂ ਸਰਵਰ ਦੀ ਫੌਤ ਦੀ ਖਬਰ ਉਹਦੀ والدہ ਨੂੰ ਪਹੁੰਚ ਗਈ ਸਰਵਰ ਦੀ ਮૈયਤ ਆਉਂਦਿਆਂ ਇੱਕ ਹਫਤਾ ਲੱਗ ਗਿਆ ਰਿਸ਼ਤੇਦਾਰ ਆਖਰੀ ਦਰਸ਼ਨ ਦੇਦਾਰ ਲਈ ਸਰਵਰ ਦੇ ਘਰ ਪੜਦੇ ਗਏ ਤੇ ਅਨਵਰ ਤੇ ਨਾਹਿਦ ਨੂੰ ਇਤਲਾ ਮਿਲ ਗਈ ਸੀ ਉਹ ਦੋਵੇਂ ਵੀ ਨਾਹਿਦ ਦੇ ਵਾਲ ਦੇ ਨਾਲ 라ਵਲਪਿੰਡੀ ਆ ਪੜ ਗਏ ਜਿਸ ਘੜੀ ਨਾਹਿਦ ਸਰਵਰ ਦਾ ਚੇਰਾ ਤੱਕ ਰਹੀ ਸੀ ਉਹਦੇ ਅਥਰੂ ਦੋਵਾਂ ਅੱਖਾਂ ਵਿੱਚੋਂ ਬਾਹਰ ਡੁੱਲ ਗਏ ਅਨਵਰ ਵੀ ਵੇਖਦਾ ਰਿਹਾ ਉਹਨੇ ਪੁੱਛ ਹੀ ਲਿਆ ਨਾਹਿਦ ਸਰਵਰ ਨੂੰ ਵੇਖ ਕੇ ਤੇਰੀਆਂ ਅੱਖਾਂ 'ਚ ਅਥਰੂ ਕਿਉ ਡਿੱਗ ਪਏ ਅਨਵਰ ਮੈਂ ਤੇ ਤੂੰ ਜਿਹੜੀ ਸੁੱਖ ਦੀ ਜ਼ਿੰਦਗੀ گزار ਰਹੇ ਆ ਸਭ ਸਰਵਰ ਦਾ احਸਾਨ ਹੈ ਇਸ ਬੰਦੇ ਨੇ ਜਾਨ ਦੇ ਕੇ ਤੇਰੇ ਬਾਗ 'ਚ ਬਹਾਰਾਂ ਲਿਆਂਦੀਆਂ ਨੇ ਜੇ ਹਿੰਦੁਸਤਾਨ ਦੀ ਵੰਡ ਨਾ ਹੁੰਦੀ ਤੇ ਪਾਕਿਸਤਾਨ ਨਾ ਬਣਦਾ ਤਾਂ ਹਾਲਾਤ ਕੁਝ ਹੋਰ ਉਹੀ ਹੁਣੇ ਸੀ ਮੈਂ ਤੇ ਸਰਵਰ ਇੱਕ ਦੂਜੇ ਨੂੰ ਦਿਲੋਂ ਚਾਹੁੰਦੇ ਸਾਂ ਪਰ ਇਸ ਚੰਦਰੀ ਲੀਕ ਨੇ ਇੰਜ ਦਾ ਵਿਛੋੜਾ ਪਾਇਆ ਕਿ ਸਾਡੀ ਦੋਵਾਂ ਦੀ ਹਿਆਤੀ ਮੁੱਢੋਂ ਸੁੱਢੋਂ ਬਦਲ ਗਈ ਉਹਨੂੰ ਜਰਮਨ ਜਾਣਾ ਪੈ ਗਿਆ ਤੇ ਮੈਂ ਤੇਰਾ ਬਾਗਾ ਬਾਤ ਕੀਤਾ ਹੁਣ ਮੈਂ ਅਥਰੂ ਵਹਾ ਕੇ ਉਸ ਭਲੇ ਲੋਕ ਦੇ एहसान ਦੇ ਕਰਜ਼ ਨੂੰ ਸੂਧ ਮੋੜਨ ਦੀ ਆਪਣੇ ਵੱਲੋਂ ਕੋਸ਼ਿਸ਼ ਵੀ ਕਰਨੀ ਆ ਸ਼ਾਮੁਖੀ ਤੋਂ ਗੁਰਮੁਖੀ ओम प्रकाश चौहान राजे धन्यवाद